ਲਓ ਵੀ ਪੇਸ਼ ਹੈ ਇੱਕ ਨਵੀਂ ਕਵਿਤਾ ਜਿਹਦਾ ਸਿਰਸਕ ਹੈ ਦੁਸਹਿਰਾ। ਮੈਂ ਦੁਸਹਿਰਾ ਦੇਖਣ ਗਿਆ ਅਤੇ ਉੱਥੇ ਕਿਵੇਂ ਭਾਜੜ ਪਈ ਜਰਾ ਸੁਣ ਕੇ। ਲੋਕਾਂ ਦੀ ਭੀੜ ਚਾਰੇ ਪਾਸੇ ਖਲੋਤੀ ਸੀ, 100 ਫੁੱਟਾ ਰਾਵਣ ਸੀ ਅਤੇ 10 ਫੁੱਟੀ ਧੋਤੀ ਸੀ। ਬਹੁਤ ਉੱਚਾ ਰਾਵਣ ਬਣਾਇਆ ਸੀ, 100 ਫੁੱਟਾ ਧੋਤੀ ਹੋਈ 10 ਫੁੱਟ ਦੀ। ਕਈ ਕਹਿਣ ਰਾਵਣ ਦੇ ਪੂਛ ਤਾਂ ਬਣਾਉਣੀ ਸੀ, ਲੋਕ ਐਵੇਂ ਗੱਲਾਂ ਮਾਰੀ ਜਾਂਦੇ ਰਹੇ ਅਤੇ ਬੈਠੇ ਉੱਥੇ। ਕਈ ਕਹਿੰਦੇ ਰਾਵਣ ਦੇ ਪੂਛ ਤਾਂ ਬਣਾਉਣੀ ਸੀ, ਮਾਡਰਨ ਜ਼ਮਾਨਾ ਇਹਨੂੰ ਜੀਨ ਤਾਂ ਪਾਉਣੀ ਸੀ, ਐਡਾ ਵੱਡਾ ਬੰਦਾ ਦੱਸੋ ਕਿੱਥੇ ਸੌਂਦਾ ਹੋਊਗਾ, 100 ਫੁੱਟਾ ਰਾਵਣ ਦੱਸੋ ਕਿਵੇਂ ਨਹਾਉਂਦਾ ਹੋਊਗਾ। ਐਡਾ ਵੱਡਾ ਬੰਦਾ ਦੱਸੋ ਕਿੱਥੇ ਸੌਂਦਾ ਹੋਊਗਾ, 100 ਫੁੱਟਾ ਰਾਵਣ ਦੱਸੋ ਕਿਵੇਂ ਨਹਾਉਂਦਾ ਹੋਊਗਾ। ਵੱਡੇ ਬੰਦੇ ਆ ਭਰਾਵਾ ਇਹ ਕੁਝ ਨਹੀਂ ਉਹ ਦੱਸਦੇ, ਵੱਡੇ ਬੰਦੇ ਆ ਭਰਾਵਾ ਇਹ ਕੁਝ ਨਹੀਂ ਉਹ ਦੱਸਦੇ। ਦੱਸ ਇਹਦੇ ਸਿਰ ਹੁਣੇ ਗੇਟਾਂ ਵਿੱਚ ਫਸਦੇ, ਦੱਸ ਇਹਦੇ ਸਿਰ ਹੁਣੇ ਗੇਟਾਂ ਵਿੱਚ ਫਸਦੇ। ਗੱਲਾਂ ਗੱਲਾਂ ਵਿੱਚ ਉੱਥੇ ਲੜਾਈ ਸ਼ੁਰੂ ਹੋ ਗਈ, ਰਾਵਣ ਦੀ ਲੰਕਾ 'ਤੇ ਚੜ੍ਹਾਈ ਸ਼ੁਰੂ ਹੋ ਗਈ, ਉੱਥੇ ਰਾਮ ਅਤੇ ਰਾਵਣ ਦੀ ਲੜਾਈ ਸ਼ੁਰੂ ਹੋਈ। ਗੱਲਾਂ ਗੱਲਾਂ ਵਿੱਚ ਉੱਥੇ ਲੜਾਈ ਸ਼ੁਰੂ ਹੋ ਗਈ, ਰਾਵਣ ਦੀ ਲੰਕਾ 'ਤੇ ਚੜ੍ਹਾਈ ਸ਼ੁਰੂ ਹੋ ਗਈ, ਰਾਮ ਨੇ ਚੜ੍ਹਾਈ ਕਰਤੀ। ਰਾਵਣ ਦੇ ਲੱਕ 'ਤੇ ਬੰਨ੍ਹੀ ਸਤਰੰਗੀ ਚੁੰਨੀ 'ਚ, ਰਾਵਣ ਦੇ ਲੱਕ 'ਤੇ ਬੰਨ੍ਹੀ ਸਤਰੰਗੀ ਚੁੰਨੀ 'ਚ, ਰਾਮ ਨੇ ਵੀ ਤੀਰ ਠੋਕਿਆ ਰਾਵਣ ਦੀ ਧੁਨੀ 'ਚ, ਰਾਮ ਨੇ ਵੀ ਤੀਰ ਠੋਕਿਆ ਰਾਵਣ ਦੀ ਧੁਨੀ 'ਚ। ਰਾਵਣ ਨੂੰ ਲੱਗੀ ਅੱਗ 'ਤੇ ਭਾਜੜ ਜੀ ਪੈ ਗਈ, ਰਾਵਣ ਨੂੰ ਲੱਗੀ ਅੱਗ 'ਤੇ ਭਾਜੜ ਜੀ ਪੈ ਗਈ। ਕਿਸੇ ਦਾ ਪਾਟਾ ਕੁੜਤਾ ਅਤੇ ਕਿਸੇ ਦੀ ਜੁੱਤੀ ਲੈ ਗਈ, ਕਿਸੇ ਦਾ ਪਾਟਾ ਕੁੜਤਾ ਅਤੇ ਕਿਸੇ ਦੀ ਜੁੱਤੀ ਲੈ ਗਈ। ਕਈ ਭੂਤ ਬਣ ਗਏ ਅਤੇ ਕਾਲਾ ਸਰੀਰ ਹੋ ਗਿਆ, ਕੋਈ ਡਿੱਗ ਪਿਆ ਕੋਈ ਉਹਦੇ ਉੱਤੋਂ ਦੀ ਜਾਵੇ, ਭੱਜੇ ਹੀ ਜਾਣ ਸਾਰੇ। ਕਈ ਭੂਤ ਬਣ ਗਏ ਅਤੇ ਕਾਲਾ ਸਰੀਰ ਹੋ ਗਿਆ, ਕਈਆਂ ਦਾ ਪਜਾਮਾ ਉੱਥੇ ਲੀਰੋ ਲੀਰ ਹੋ ਗਿਆ, ਪਜਾਮੇ ਪਾਟ ਕੇ ਵਿਚਾਰਿਆਂ ਦੇ, ਕਈਆਂ ਦਾ ਪਜਾਮਾ ਉੱਥੇ ਲੀਰੋ ਲੀਰ ਹੋ ਗਿਆ। ਇੱਕ ਕਹਿੰਦਾ ਰਾਵਣ ਨੇ ਨਵਾਂ ਚੰਦ ਚਾੜਤਾ, ਇੱਕ ਵਿਚਾਰਾ ਦੁਖੀ ਬੈਠਾ ਉੱਥੇ, ਇੱਕ ਕਹਿੰਦਾ ਰਾਵਣ ਨੇ ਨਵਾਂ ਚੰਦ ਚਾੜਤਾ, ਮਰਦੇ ਨੇ ਪਟਾਕੇ ਨਾਲ ਮੇਰਾ ਗਿੱਟਾ ਬਾਲਤਾ, ਉਹ ਮਰਦੇ ਨੇ ਪਟਾਕੇ ਨਾਲ ਮੇਰਾ ਗਿੱਟਾ ਬਾਲਤਾ। ਪੁਤਲੇ ਦੀ ਪੀੜ ਕੁਝ ਨਹੀਂ ਮਖੌਲੀ ਦਾ ਇਹ ਕਹਿਣਾ ਹੈ, ਪੁਤਲੇ ਦੀ ਪੀੜ ਕੁਝ ਨਹੀਂ ਮਖੌਲੀ ਦਾ ਇਹ ਕਹਿਣਾ ਹੈ। ਸਮਾਜ ਵਿੱਚ ਬੈਠੇ ਰਾਵਣਾਂ ਤੋਂ ਬਚ ਕੇ ਰਹਿਣਾ ਹੈ, ਸਮਾਜ ਵਿੱਚ ਬੈਠੇ ਰਾਵਣਾਂ ਤੋਂ ਬਚ ਕੇ ਰਹਿਣਾ ਹੈ। ਉਹ ਤਾਂ ਰਾਵਣ ਇੱਕ ਸੀ ਅਤੇ ਸਮਾਜ 'ਚ ਬਹੁਤ ਰਾਵਣ ਫਿਰਦੇ ਆ, ਉਸ ਵਰਗੇ ਉਹਨਾਂ ਤੋਂ ਬਚ ਕੇ ਰਹਿਣਾ। ਧੰਨਵਾਦ।